इलाज जिदा भी डॉक्टर करके बच्चे भी अही उ रखा दो कमरे एक रसोई नाल लैटरिन बाथरूम बिलकुल वधिया नाल स्टोर रूम वाहिगुरु जी का खालसा वाहिगुरु जी की फतेह। अज एक साड़ी जिहड़ी परिवार दे विच खुशी आ भी ते गमी भी कह दईए क्योंकि साड़ी अज माता पालो माता जिहड़ी अज अपने बेटे दे नाल जिहड़ा बेटा उहदा लैण आया तकरीबन एक साल बाद वह अपने घर जा रही है। खुशी इस करके आ ते दुखे भी आ साडे परिवार चों माता दा एक प्यार जिहड़ा हुंदा एक साडी साडी अटैचमेंट जिहड़ी हुंदी आ दिलां दी भी असीं रोज़ मिलना एक दूसरे का पुछना गिछना रोटी खा ली की कीता सारा कुछ एक हुंदा वह अज माता साड़ी साडे कोलो जा रही आ ते साडा एक वीर नरेंद्र सिंह वह जा रहा इहनू अज घर छड्डन जा रहे हैं। यह आया तकरीबन 8 महीने बाद घर जा रहा इहदी लत्त दा जिहड़ा ऑपरेट होया एक लत्त कटनी पई क्योंकि लत्त बिल्कुल जिहड़ी गल चुकी सी ते इहदा घर भी जिहड़ा उत्थे बनाया नरेंद्र दा वह भी तुहानू दिखावांगे जुड़े रहो मेरे भरा सारे। हुण असीं लै के आए नरेंद्र नूं पंजाब हार्ट लैम्स दे लत्त लवाउण दे लई लै के आए हैं। लत लग जानी सब तेरी देख अंदर सारे आ कमरे चो लैके आई है ना बना दे कपड़ोरी कद तो तेरे नाल पड़े आ उन्होंने सहयोग दिता बड़ा सारे ने इन्होंने रविंदर सिंह होनी कमरा सोहना बन गया जखम सही जखम महीना क लगना खुलन दो तीन एक्सरसाइज दसियां फटा रख के थले नूं दबना करना भारना पाऊगा रोज है ना गर्म पानी टकोर करनी टकोर मतलब गर्म पानी के नाल करनी ओहदे नाल फिर जिहड़ियां नाड़ां आ ओह खुल जाणगियां ते उस तों बाद आपां जिहड़ी लत्त आ ओह आपां पूरी उत्थे नाप नूं ओह कहिंदा उसे दिन
ਨਾਪ ਲੈਣਾ ਉਹਨੇ ਇੱਕ ਅੱਧੇ ਦਿਨ ਚ ਉਹਨੇ ਲੱਤ ਬਣਾ ਲੈਣੀ ਆ ਹੁਣੇ ਹੀ ਆਪਾਂ ਡਾਕਟਰ ਉੱਥੋਂ ਦਿਖਾ ਕੇ ਲਿਆ ਕਿਉਂਕਿ ਆਹ ਨਾੜਾਂ ਬਲੋਕ ਹੋ ਗਈਆਂ ਇੱਥੋਂ ਨਾੜਾਂ ਜਿਹੜੀਆਂ ਇਕੱਠੀਆਂ ਹੋ ਗਈਆਂ ਤੇ ਇਸ ਕਰਕੇ ਮਹੀਨੇ ਦੇ ਵਿੱਚ ਉਹ ਵੀ ਲੱਤ ਲੱਗ ਗਈ ਹਾਂਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਤਕਰੀਬਨ ਅਸੀਂ ਇੱਕ ਸਾਲ ਬਾਅਦ ਇਸ ਘਰ ਦੇ ਵਿੱਚ ਆਏ ਹਾਂ ਪਿੰਡ ਹੈਗਾ ਮੁਖਲਿਆਣਾ ਹੁਸ਼ਿਆਰਪੁਰ ਦੇ ਲਾਗੇ ਪਿੰਡ ਪਿੰਡਾ ਸਾਨੂੰ ਤਕਰੀਬਨ ਇੱਕ ਸਾਲ ਪਹਿਲਾਂ ਇੱਕ ਵੀਡੀਓ ਆਈ ਸੀ ਪੱਤਰਕਾਰ ਅਸ਼ਵਨੀ ਹੁਸ਼ਿਆਰਪੁਰ ਤੋਂ ਉਹਨਾਂ ਨੇ ਵੀਡੀਓ ਭੇਜੀ ਸੀ ਵੀ ਇੱਕ ਬਹੁਤ ਮਾੜੀ ਹਾਲਤ ਦੇ ਵਿੱਚ ਇੱਕ ਜਿਹੜਾ ਵੀਰ ਘਰ ਦੇ ਵਿੱਚ ਪਿਆ ਹੋਇਆ ਜਿਹਦੀ ਲੱਤ ਜਿਹੜੀ ਉਹ ਖਰਾਬ ਹੋ ਰਹੀ ਆ ਤੇ ਉਹਦਾ ਜ਼ਖਮ ਤੇ ਵੀ ਉਹ ਕਿਸੇ ਸੰਸਥਾ ਨੇ ਉਹ ਲੈ ਕੇ ਗਏ ਸੀ ਪਰ ਜਿਹੜੇ ਹਾਲਾਤ ਨਹੀਂ ਸੁਧਰੇ ਵੀ ਤੁਸੀਂ ਕਿਰਪਾ ਕਰਕੇ ਉਹ ਆਣ ਕੇ ਜ਼ਰੂਰ ਦੇਖੋ ਤਾਂ ਸਾਡੀ ਟੀਮ ਇਸ ਘਰ ਦੇ ਵਿੱਚ ਆਈ ਸੀ ਤੇ ਉਦੋਂ ਆਣ ਕੇ ਜਿਹੜੇ ਹਾਲਾਤ ਦੇਖੇ ਸੀ ਘਰ ਦੇ ਲੱਤ ਖਰਾਬ ਸੀ ਇਹ ਲੱਤ ਤਾਂ ਖਰਾਬ ਹੋਈ ਚੂਹੇ ਨੇ ਜਾਂ ਚੁਕੰਦਰ ਨੇ ਕਿਸੇ ਨੇ ਦੰਦੀ ਵੱਢੀ ਸੀ ਤਾਂ ਜ਼ਹਿਰ ਫੈਲਣ ਦੇ ਨਾਲ ਜਿਹੜੀ ਲੱਤ ਖਰਾਬ ਹੋ ਗਈ ਤੇ ਰੋਟੀ ਪਾਣੀ ਵੀ ਇਹ ਨਗਿੰਦਰ ਸਿੰਘ ਸਾਹਮਣੇ ਬੈਠੇ ਹੋਏ ਰੋਟੀ ਪਾਣੀ ਵੀ ਛੱਡਿਆ ਹੋਇਆ ਸੀਗਾ ਤਾਂ ਫਿਰ ਘਰ ਦੇ ਹਾਲਾਤ ਵੀ ਦੋ ਬੱਚੇ ਤੇ ਭੈਣ ਜਿਹੜੀ ਸੀ ਅੱਖਾਂ ਤੋਂ ਦਿਖਾਈ ਬਿਲਕੁਲ ਨਹੀਂ ਦਿੰਦਾ ਭੈਣ ਨੂੰ ਬਿਲਕੁਲ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਵੀਰ ਜਿਹੜਾ ਮੰਜੇ ਤੇ ਪੈ ਗਿਆ ਦੋ ਬੱਚੇ ਸੀ ਤੇ ਬੱਚਿਆਂ ਨੂੰ ਰੋਟੀ ਖਾਣ ਲਈ ਵੀ ਜਿਹੜੇ ਬਹੁਤ ਔਖੀ ਹੋ ਗਈ ਸੀ ਰੋਟੀ ਲਈ ਵੀ ਤਾਂ ਫਿਰ ਇੱਕ ਇਹ ਕਮਾਉਣੇ ਵਾਲਾ ਸੀਗਾ ਤੇ ਉਹ ਤੋਂ ਬਾਅਦ ਫਿਰ ਸਾਡੀ ਸੰਸਥਾ ਨੇ ਤੇ ਆਪਾਂ ਇਹਨੂੰ ਵੀਰ ਨੂੰ ਉਸੇ ਟਾਈਮ ਲੈ ਗਏ ਤੇ ਘਰ ਦੇ ਹਾਲਾਤ ਜਿਹੜਾ ਦੇਖਣ ਲਈ ਵੀ ਘਰ ਭੈਣ ਵੀ ਹਾਲਾਤ ਬਹੁਤ ਮਾੜੇ ਆ ਬੱਚੇ ਕਿੱਦਾਂ ਜਾਣਗੇ ਘਰ ਦੇ ਬਾਲੇ ਵੀ ਟੁੱਟੇ ਹੋਏ ਸੀ ਛੱਤਾਂ ਜਿਹੜੀਆਂ ਚੁੰਦੀਆਂ ਸੀ ਤੇ ਅਸੀਂ ਵੀਡੀਓ ਜਿਹੜੀ ਪਾਈ ਸੀ ਤਾਂ ਉਹ ਵੀਡੀਓ ਦੇਖਣ ਤੋਂ ਬਾਅਦ ਸਾਡਾ ਇੱਕ ਵੀਰ ਜਸਪ੍ਰੀਤ ਇਸੇ ਪਿੰਡ ਦਾ ਵੀਰ ਮਨੀ ਉਹ ਜਿਹੜੇ ਬਾਹਰ ਬੈਠੇ ਹੋਏ ਆ ਉਹਨਾਂ ਨੇ ਉਹ ਵੀਡੀਓ ਦੇਖੀ ਤਾਂ ਉਸੇ ਟਾਈਮ ਉਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਵੀ ਜਿਹੜੀ ਵੀਰ ਦੀ ਜਿਹੜੀ ਤੁਸੀਂ ਚਲੋ ਉਹਨਾਂ ਦੀ ਇਲਾਜ ਦੀ ਜ਼ਿੰਮੇਵਾਰੀ ਤਾਂ ਤੁਸੀਂ ਲੈ ਲਈ ਪਰ ਜਿਹੜੀ ਘਰ ਦੀ ਜ਼ਿੰਮੇਵਾਰੀ ਆ ਉਹ ਤੁਸੀਂ ਸੰਸਥਾ ਨਾ ਬਣਾਓ ਕਿਉਂਕਿ ਅਸੀਂ ਜਿਹੜਾ ਪੂਰਾ ਭੇਜ ਦਿੱਤਾ ਸੀਗਾ ਮੇਰੇ ਮਾਸੀ ਜੀ ਦੇ ਬੇਟਾ ਜੀ ਗੁਰਵਿੰਦਰ ਸਿੰਘ ਤਾਜੋਵਾਲ ਤੋਂ ਲੰਬੜਦਾਰ ਸਾਹਿਬ ਇਹ ਵੀ ਇਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਤੁਸੀਂ ਵੀ ਇੱਥੇ ਆਣ ਕੇ ਜਿਹੜਾ ਪੂਰਾ ਇਹਦਾ ਮੇਨ ਬਣਾਈਆ ਕਰੋ ਮਿਸਤਰੀ ਨੂੰ ਲਓ ਉਹਨਾਂ ਨੇ ਸੂਬੇਦਾਰ ਹੋਣਾ ਨਾਲ ਕੰਡਕਟ ਕੀਤਾ ਅਤੇ ਇੱਥੋਂ ਮਿਸਤਰੀ ਵੀ ਲੈਣ ਦਾ ਗਿਆ ਪਰ ਉਹ ਤੋਂ ਬਾਅਦ ਜਿਹੜੀ ਇਹ ਸੇਵਾ ਫਿਰ ਉਹਨਾਂ ਨੇ ਸਾਡੇ ਜਸਪ੍ਰੀਤ ਵੀਰ ਨੇ ਆਪਣੇ ਚਾਚਾ ਜੀ ਜਸਵਿੰਦਰ ਸਿੰਘ ਹੋਣਾ ਜੀ ਵੱਲੋਂ ਉਹਨਾਂ ਨੂੰ ਜਿਹੜੀ ਦਿੱਤੀ ਵੀ ਤੁਸੀਂ ਚਾਚਾ ਜੀ ਵੀ ਜਿਹੜੀ ਇਹ ਸੇਵਾ ਆ ਉਹ ਸੰਸਥਾ ਨਾਲ ਲਾਵੇ ਕਿਉਂਕਿ ਉਹਨਾਂ ਦੇ ਕੰਮ ਹੋਰ ਬਹੁਤ ਆ ਤੁਸੀਂ ਇਹ ਜਿਹੜੀ ਸੇਵਾ ਤੁਸੀਂ ਆਪਣੀ ਝੋਲੀ ਪਵਾਓ ਉਹਨਾਂ ਨੇ ਫਿਰ ਜਿਹੜੀ ਘਰ ਦੀ ਹੁਣ ਤੁਸੀਂ ਦੇਖਦੇ ਸਾਰਾ ਘਰ ਦੀ ਸੇਵਾ ਜਿਹੜੀ ਹੈ ਨਾ ਉਹ ਸਾਡਾ ਜਸਪ੍ਰੀਤ ਵੀਰ ਉਹਨਾਂ ਵੱਲੋਂ ਹੋਰ ਅਮਰੀਕਾ ਕੈਨੇਡਾ ਤੇ ਇੱਕ ਪਡੋਰੀ ਕੱਦ ਤੋਂ ਇਹਦੇ ਵੀਰ ਦੇ ਨਾਲ ਨਰਿੰਦਰ ਸਿੰਘ ਦੇ ਨਾਲ ਪੜਿਆ ਹੋਇਆ ਵੀਰ ਉਹਨੇ ਜਦੋਂ ਵੀਡੀਓ ਦੇਖੀ ਉਹਦਾ ਵੀ ਉਹਦੀ ਵੀ ਆਤਮਾ ਝੰਝੋੜੀ ਗਈ ਵੀ ਮੇਰੇ ਨਾਲ ਇੱਕ ਪੜਿਆ ਹੋਇਆ ਮੇਰਾ ਯਾਰ ਦੋਸਤ ਮੇਰੇ ਸ਼ੁਰੂ ਤੋਂ ਆਪਾਂ ਇਕੱਠੇ ਕਿਉਂਕਿ ਇੱਕੋ ਜਮਾਤ ਦੇ ਵਿੱਚ ਇੱਕ ਕਲਾਸ ਦੇ ਵਿੱਚ ਜਦੋਂ ਛੁੱਟੇ ਹੁੰਦੇ ਤੇ ਉਹਨੂੰ ਵੀ ਜਿਹੜਾ ਆਇਆ ਵੀ ਯਾਰ ਨਹੀਂ ਮੈਂ ਜੇ ਅੱਜ ਮੈਨੂੰ ਮਹਾਰੇ ਗੁਰੂ ਸਾਹਿਬ ਨੇ ਦਿੱਤਾ ਆ ਤੇ ਜੇ ਅੱਜ ਉਹ ਸਾਡਾ ਭਰਾ ਆ ਇਹ ਤੰਗੀ ਦੇ ਵਿੱਚ ਆ ਨਾ ਸਾਡਾ ਯਾਰ ਦੋਸਤ ਤੇ ਸਾਨੂੰ ਖੜਨਾ ਚਾਹੀਦਾ ਉਸ ਉਹਨਾਂ ਨੇ ਫਿਰ ਪੰਡੋਰੀ ਕੱਦ ਤੋਂ ਜਸਪ੍ਰੀਤ ਵੀਰਾਂ ਦੱਸਦਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਉਹਨਾਂ ਵੀਰਾਂ ਵੱਲੋਂ ਦਿੱਤਾ ਹੋਰ ਜਿਹੜੇ ਚਾਰ ਪੰਜ ਵੀਰਾਂ ਨੇ ਰਲ ਕੇ ਇਸ ਪਿੰਡ ਦੇ ਆਲੇ ਦੁਆਲੇ ਉਹਨਾਂ ਨੇ ਨਾਮ ਲੈਣ ਤੋਂ ਜਿਹੜਾ ਬਿਲਕੁਲ ਵੀ ਮਨਾ ਕੀਤਾ ਵੀ ਨਾਮ ਸਾਡਾ ਨਾ ਆਵੇ ਇਹ ਤਾਂ ਨਾਮ ਜਸਪ੍ਰੀਤ ਵੀਰਾ ਵੀ ਨਹੀਂ ਕਹਿੰਦਾ ਇਹ ਸਾਡਾ ਕਿਸੇ ਦਾ ਨਾਂ ਨਾ ਲਿਓ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਉਹਨਾਂ ਨੇ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਜ਼ਰੂਰ ਅੱਗੇ ਦੱਸਣਾ ਚਾਹੀਦਾ ਵੀ ਕਿਹਨਾਂ ਨੇ ਇਹ ਜਿਹੜੀ ਸੇਵਾ ਲਈ ਆ ਗੁਰੂ ਸਾਹਿਬ ਨੇ ਉਹਨਾਂ ਦੀ ਝੋਲੀ ਪਾਈ ਆ ਇੱਦਾਂ ਹੀ ਸੇਵਾਵਾਂ ਕਰਦੇ ਰਹਿਣ ਕਿਉਂਕਿ ਜੇ ਅਸੀਂ ਘਰ ਬਣਾਉਂਦੇ ਸਾਡੀ ਸੰਸਥਾ ਦੇ ਹੋਰ ਬਹੁਤ ਕਾਰਜ ਆ ਤੇ ਇਸ ਕਰਕੇ ਬੜਾ ਔਖਾ ਹੋਣਾ ਸੀ ਸਾਡੇ ਲਈ ਵੀ ਪਰ ਇੰਨਾ ਅਸੀਂ ਬਣਾਉਣ ਲਈ ਵੀ ਨਹੀਂ ਸੋਚਿਆ ਸੀਗਾ ਵੀ ਅਸੀਂ ਤਾਂ ਬਾਲੇ ਚੇਂਜ ਕਰਨੇ ਸੀ ਜਾਂ ਥੱਲੇ ਫਰਸ਼ ਪਾ ਦੇਣਾ ਸੀਗਾ ਤੇ ਇੱਕ ਟਾਇਲਟ ਬਣਾਉਣ ਦੇ ਲਈ ਪਰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਮੇਰਾ ਖਿਆਲ 4 ਲੱਖ ਦੇ ਲਗਭਗ ਇੱਥੇ ਸੇਵਾ ਲੱਗ ਚੁੱਕੀ ਆ ਲੈਂਟਰ ਪਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਥੱਲੇ ਆਪਾਂ ਵੀਡੀਓ ਕਲਿੱਪ ਵੀ ਜੋੜਾਂਗੇ ਜੋ ਪਹਿਲਾਂ ਦੇ ਹਾਲਾਤ ਸੀ ਫਰਸ਼ ਪਾ ਦਿੱਤਾ ਗਿਆ ਲੈਟਰਿੰਗ ਬਾਥਰੂਮ ਬਣ ਗਿਆ ਆ ਬਗਲਾ ਹੋ ਚੁੱਕਾ ਆ ਕਿਉਂਕਿ ਭੈਣ ਨੂੰ ਦਿਖਾਈ ਨਹੀਂ ਦਿੰਦਾ ਘਰ ਦੇ ਵਿੱਚ ਕੋਈ ਸਮਾਨ ਕੋਈ ਪਿਆ ਹੁੰਦਾ ਜਾਂ ਕੁਛ ਵੀ ਗੇਟ ਲੱਗ ਚੁੱਕਾ ਆ ਤੇ ਬੱਚੇ ਜੋ ਸਕੂਲ 'ਚ ਚਲ ਜਾਂਦੇ ਆ ਤੇ ਘਰ ਭੈਣ ਇਕੱਲੀ ਰਹਿੰਦੀ ਆ ਤੇ ਪਿੱਛੋਂ ਕੋਈ ਵੀ ਕੋਈ ਚੋਰ ਜਾਂ ਕੁਛ ਵੀ ਇਹੋ ਜਿਹਾ ਬੰਦਾ ਨਾ ਆਵੇ ਇਸ ਕਰਕੇ ਬਗਲਾ ਹੋਣਾ ਬਹੁਤ ਜ਼ਰੂਰੀ ਸੀ ਤੇ ਅੱਜ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕਿੰਨੇ ਵਧੀਆ ਬਣ ਚੁੱਕੇ ਆ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹ ਸੇਵਾ ਲਈ ਆ ਆਪਣੀ ਝੋਲੀ ਪਵਾਈ ਆ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਇੱਦਾਂ ਹੀ ਦਸਵੰਧ ਜਿਹੜਾ ਉਹਨਾਂ ਦਾ ਕੋਈ ਚੰਗੇ ਕਾਰਜਾਂ ਦੇ ਚੰਗੇ ਪਾਸੇ ਜਿਹੜਾ ਲੱਗਦੇ ਰਹਿਣ ਤੇ ਬਾਕੀ ਮੈਂ ਜਸਵਿੰਦਰ ਸਿੰਘ ਜੀ ਹੁਣਾਂ ਨੂੰ ਕਹੂੰਗਾ ਕੋਈ ਦੋ ਸ਼ਬਦ ਕਹਿਣਾ ਚਾਹੁੰਦੇ ਤੁਸੀਂ ਠੀਕ ਹੈ ਜੀ ਆਓ ਸੁਵਿਧਾ ਸਾਹਿਬ ਆ ਜਾ ਲੈ ਲੱਗੇ ਹਾਂਜੀ ਸੁਵਿਧਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਸਥਾ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਇੱਕ ਛੋਟੀ ਜਿਹੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ
ਐਡਾ ਵੱਡਾ ਕਾਰਜ ਰਚ ਦਿੱਤਾ ਹੈ ਅਤੇ ਸਾਡੇ ਵੀਰ ਦਾ ਇਲਾਜ ਕੀਤਾ ਹੈ। ਅਸੀਂ ਬਹੁਤ ਧੰਨਵਾਦੀ ਸਨ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਇਹ ਜਿਹੜੀ ਇਹਦੀ ਲੱਤ ਦਾ ਜਿਹੜਾ ਜੀ ਇੱਥੇ ਜ਼ਖਮ ਸੀਗਾ ਪੂਰਾ ਜਿਹੜਾ ਜ਼ਖਮ ਜ਼ਖਮ ਦੇ ਨਾਲ ਜਿਹੜਾ ਹਾਲਾਤ ਇੰਨੇ ਖਰਾਬ ਹੋ ਚੁੱਕੇ ਸੀਗੇ ਫਿਰ ਲੱਤ ਜਿਹੜੀ ਉਹ ਕੱਟਣੀ ਪਈ ਕਿਉਂਕਿ ਹੋਰ ਹੱਲ ਕੋਈ ਨਹੀਂ ਸੀ। ਡਾਕਟਰਾਂ ਨਾਲ ਬੜਾ ਸਾਡੀ ਚੱਲਦੀ ਰਹੀ ਗੱਲਬਾਤ ਫਿਰ ਡਾਕਟਰ ਲਵਪ੍ਰੀਤ ਬੇਬਜ਼ਾ ਹੋਸਪਿਟਲ ਤੋਂ ਉਹਨਾਂ ਨੇ ਜਿੱਦਾਂ ਢੰਗ ਦੇ ਨਾਲ ਜਿਹੜੀ ਲੱਤ ਕੱਟੀ ਵੀ ਜਾਂ ਕਿਹੜੀ ਲੱਤ ਵੀ ਅਸੀਂ ਲਵਾ ਸਕਦੇ ਹਾਂ ਅਤੇ ਉਹ ਲੱਤ ਲੱਗਣ ਦੇ ਲਈ ਕੱਲ੍ਹ ਨੂੰ ਅਸੀਂ ਇੱਕ ਮਹੀਨੇ ਦਾ ਸਮਾਂ ਹੋਰ ਲੱਗੂਗਾ ਲੱਤ ਲੱਗ ਜੂਗੀ। ਅੱਜ ਅਸੀਂ ਉੱਥੇ ਹੀ ਡਾਕਟਰ ਸਾਹਿਬ ਤੋਂ ਵੀ ਜਾ ਕੇ ਆਏ ਹਾਂ ਅਤੇ ਹੁਣ ਬਿਲਕੁਲ ਠੀਕ ਠਾਕ ਆ। ਨਗਿੰਦਰ ਸਿੰਘ ਅੱਜ ਰਹਿਣਾ ਚਾਹੁੰਦੇ ਅਸੀਂ ਤਾਂ ਚਾਹੁੰਦੇ ਸੀ ਵੀ ਇਹਨੂੰ ਲੈ ਕੇ ਜਾਈਏ ਵਾਪਸ ਲੈ ਜਾਈਏ ਪਰ ਜਿੱਦਾਂ ਵੀ ਇਹਦੀ ਮਰਜ਼ੀ ਹੋਊਗੀ ਅਤੇ ਆਪਾਂ ਜਿਹੜਾ ਅੱਜ ਇੱਕ ਦੋ ਦਿਨ ਛੱਡਾਂਗੇ ਉਹ ਤੋਂ ਬਾਅਦ ਜੇ ਕਹੂਗਾ ਵੀਰ ਤਾਂ ਆਪਾਂ ਜ਼ਰੂਰ ਲੈ ਕੇ ਜਾਵਾਂਗੇ। ਆਓ ਨਗਿੰਦਰ ਸਿੰਘ ਨਾਲ ਗੱਲਬਾਤ ਕਰਦੇ ਹਾਂ। ਨਗਿੰਦਰ ਸਿੰਘ ਕਿੱਦਾਂ ਲੱਗਾ? ਕਦੇ ਸੋਚਿਆ ਸੀਗਾ ਵੀ ਇੱਦਾਂ ਰਹਿੰਦੇ ਵੀ ਆਹ ਹਾਲਾਤ ਮੇਰੇ ਬਣ ਜਾਣੇ ਤੇ ਮੈਂ ਲੈਂਟਰ ਵੀ ਮੇਰੇ ਘਰ ਦੇ ਉੱਪਰ ਪੈ ਜੂਗਾ? ਕਦੀ ਗਰੀਬ ਬੰਦੇ ਲਈ ਇਹੀ ਹੁੰਦਾ ਉਹਨੇ ਉਹੀ ਕਮਾਉਣਾ ਉਹੀ ਖਾਣਾ ਫਿਰ ਉੱਪਰ ਦੀ ਦੋ ਬੱਚੇ ਉਹੀ ਪੜ੍ਹਾਉਣਾ ਅਤੇ ਉਹਨਾਂ ਦੀ ਸਾਰਾ ਕੁਛ ਦਵਾਈ ਬਕਾਇਦਾ ਪਰ ਬੰਦੇ ਨੂੰ ਲੈਂਟਰ ਪਾਉਣਾ ਇੱਕ ਬਹੁਤ ਵੱਡੀ ਗੱਲ ਆ ਸਾਡੇ ਇਸ ਸਾਡੇ ਪੰਜਾਬ 'ਚ ਹੀ ਕਹਿ ਰਹੀਏ ਜਿਹੜਾ ਗਰੀਬ ਬੰਦੇ ਲਈ ਹਾਲਾਤ ਕਿਹੋ ਜਿਹੇ ਆ ਅਤੇ ਇਸ ਕਰਕੇ ਘਰ ਜਿਹੜਾ ਬਣਨਾ ਮੈਂ ਧੰਨਵਾਦ ਕਰ ਰਿਹਾ ਉਹਨਾਂ NRI ਭਰਾਵਾਂ ਦਾ ਜਿਨ੍ਹਾਂ ਦੀ ਬਦੌਲਤ ਅਤੇ ਸਹਿਯੋਗ ਦੇ ਨਾਲ ਇਹ ਸਾਰਾ ਕਾਰਜ ਹੋਇਆ ਸਾਡੇ ਸਰ। ਹਾਂਜੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਉਹ ਵੀਰ ਜਸਪ੍ਰੀਤ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਸਾਰੀ ਇਹ ਵੀਡੀਓ ਦੇਖੀ ਤਾਂ ਜਿਨ੍ਹਾਂ ਨੇ ਇਹ ਸੇਵਾ ਲਈ ਉਹਨਾਂ ਦੇ ਫਾਦਰ ਸਾਹਿਬ ਜਸਵੀਰ ਸਿੰਘ ਜੀ ਉਹ ਵੀ ਸਾਡੇ ਕੋਲ ਆ ਉਹ ਵੀ ਆਏ ਆ ਕੁਦਰਤੀ ਬਾਹਰੋਂ ਆਏ ਅਤੇ ਜਸਵੀਰ ਸਾਡੇ ਅੰਗਰੇਜ਼ ਸਿੰਘ ਜੀ ਇਹਨਾਂ ਦਾ ਬੇਟਾ ਸੁਖਵਿੰਦਰ ਸਿੰਘ ਜਿਹੜਾ ਉੱਥੇ ਇਕੱਠੇ ਹੋ ਕੇ ਰਲ ਕੇ ਜਿਹੜਾ ਜਸਪ੍ਰੀਤ ਵੀਰੇ ਦੇ ਨਾਲ ਰਲ ਮਿਲ ਕੇ ਜਿਹੜੀ ਸੇਵਾ ਕੀਤੀ ਆ ਹੋਰ ਵੀ ਜਿਹੜੇ NRI ਭਰਾਵਾਂ ਨੇ ਜਿਹੜਾ ਇਲਾਕੇ ਦੇ 3-4 ਪਿੰਡਾਂ ਦੇ ਜਸਪ੍ਰੀਤ ਵੀਰਾ ਦੱਸਦਾ ਸੀ 3-4 ਪਿੰਡਾਂ ਦੇ ਲਗਭਗ ਜਿਹੜੀ ਨੇ ਸੇਵਾ ਕੀਤੀ ਆ ਅਤੇ ਜਿੱਥੇ ਕੈਨੇਡਾ ਅਮੈਰੀਕਾ ਇੰਗਲੈਂਡ ਅਤੇ ਆਸਟ੍ਰੇਲੀਆ ਜਿੱਥੇ ਵੀਰੇ ਬੈਠੇ ਆ ਉਹ ਸਾਰਿਆਂ ਦਾ ਧੰਨਵਾਦ ਸਾਰੀ ਸੰਗਤ ਦਾ ਧੰਨਵਾਦ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ। ਇਹ ਨਰਿੰਦਰ ਵੀਰ ਦੇ ਨਾਲ ਪੜ੍ਹਦੇ ਹੋਏ ਵੀਰ ਜਿਹੜਾ ਪਡੋਰੀ ਕੱਦ ਤੋਂ ਮੈਂ ਅੱਗੇ ਵੀ ਜ਼ਿਕਰ ਕੀਤਾ ਇਹੋ ਜਿਹੀ ਯਾਰੀ ਦੋਸਤੀ ਚਾਹੀਦੀ ਆ ਜਿਨ੍ਹਾਂ ਨੂੰ ਦੇਖਿਆ ਹੋਵੇ ਨਾ ਵੀ ਸਾਡਾ ਭਰਾ ਯਾਰ ਦੋਸਤ ਕੋਈ ਮੁਸੀਬਤ ਦੇ ਵਿੱਚ ਆ ਤਾਂ ਜ਼ਰੂਰ ਅੱਗੇ ਆਉਣਾ ਚਾਹੀਦਾ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਪੜ੍ਹਦੇ ਹੋਏ ਦੇਖ ਕੇ ਵੀ ਇੰਨਾ ਉਹਨਾਂ ਨੇ ਕੀਤਾ ਆਪਣੇ ਆਪ ਜਿਹੜੀ ਜਸਪ੍ਰੀਤ ਨਾਲ ਕੰਟੈਕਟ ਕਰਕੇ ਜਿਹੜੀ ਸੇਵਾ ਕੀਤੀ ਆ ਗੁਰੂ ਸਾਹਿਬ ਨਾਲ ਚੜ੍ਹਦੀ ਕਲਾ 'ਚ ਰੱਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜਿਹੜਾ ਹੁਣ ਤੇਰੇ ਆ ਦਸਤਾਰ ਸਜਾਈ ਹੈ ਇਹਦਾ ਧਿਆਨ ਰੱਖੀ ਮੇਰਾ ਭਰਾ ਠੀਕ ਆ ਉੱਥੇ ਤੈਨੂੰ ਪਤਾ ਹੀ ਕਿੱਦਾਂ ਰਿਹਾ ਲੱਖਾਂ ਸਾਡਾ ਕੋਈ ਇਹੋ ਜਿਹਾ ਨਾ ਕੰਮ ਕਰੀ ਜਿਹੜੀ ਸਾਡੀ ਮਿਹਨਤ ਰੋਲਦੀ ਹੈ ਕਿੰਨੀ ਮਿਹਨਤ ਰਲਦੀ ਹੈ ਇੱਕ ਬੰਦੇ ਨੂੰ ਠੀਕ ਕਰਨ 'ਚ ਕਿੰਨੀ ਮਿਹਨਤ ਲੱਗਦੀ ਹੈ ਤੈਨੂੰ ਪਤਾ ਹੀ ਆ ਕਿੰਨੀ ਲੱਗਦੀ ਦਿਨ ਰਾਤ ਇੱਕ ਕੀਤਾ ਪਿਆ ਤੇ ਹੁਣ ਮੇਰਾ ਭਰਾ ਤੂੰ ਨਾ ਸਾਡੀ ਠੀਕ ਆ ਕਿ ਹੱਥੇ ਜੋੜਦੇ ਆ ਜਿਹੜਾ ਕੋਈ ਨਹੀਂ ਹੁੰਦਾ ਉਹ ਠੀਕ ਆ ਮਿਲ ਸਾਰੇ ਇਹ ਤਾਂ ਭਰਾ ਕਹਿਣ ਜੇ ਕਹਿਣ ਨਹੀਂ ਆਪ ਨਹੀਂ ਜਾਣੀ ਕਹਿਣ ਮਤਲਬ ਨਹੀਂ ਵੇ ਸੰਗਤ ਜੀ ਆਹ ਕਮਰਾ ਜਿੱਥੋਂ ਅਸੀਂ ਲੈ ਕੇ ਇੰਨੇ ਮਾੜੇ ਹਾਲਾਤ ਸੀ ਕਮਰੇ ਦੇ ਨਾ ਦੇਖ ਸਕਦੇ ਤੁਸੀਂ ਕਿੰਨਾ ਵਧੀਆ ਲੈਂਟਰ ਪਾ ਕੇ ਬਹੁਤ ਸੋਹਣਾ ਕਮਰਾ ਜਿਹੜਾ ਉਹ ਬਣ ਗਿਆ ਘਰ ਪੂਰਾ ਦੋ ਕਮਰੇ ਇੱਕ ਰਸੋਈ ਨਾਲ ਲੈਟਰਿੰਗ ਬਾਥਰੂਮ ਬਿਲਕੁਲ ਵਧੀਆ ਨਾਲ ਸਟੋਰ ਰੂਮ ਮੇਰੇ ਹਾਲਾਤ ਸੀਗੇ ਮੇਰੇ ਜ਼ਿੰਦਗੀ ਦੇ ਵਿੱਚ 3-4 ਦਿਨ ਦੀ ਜ਼ਿੰਦਗੀ ਹੋਈ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਮੇਰੀ ਜ਼ਿੰਦਗੀ ਦੁਬਾਰਾ ਬਣਾ ਦਿੱਤੀ ਜੀ ਦੁਬਾਰਾ ਮੈਂ ਜੀਵਨ ਆਪਣੇ ਬੱਚਿਆਂ 'ਚ ਬੈਠ ਸਕਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਨੂੰ ਸਾਰਿਆਂ ਦੇਖ ਕੇ ਖੁਸ਼ੀ ਹੋਈ ਇੱਕ ਸਾਲ ਹੋ ਗਿਆ ਨਾ ਸਾਲ ਤੋਂ ਘੱਟ ਥੋੜ੍ਹਾ ਜਿਹਾ ਸਮਾਂ ਜਿਸ ਦਿਨ ਲੈਣ ਆਇਆ ਸੀ ਬਿਲਕੁਲ ਲੱਤ ਜਿਹੜੀ ਉਹ ਗਲੀ ਹੋਈ ਸੀ ਅਤੇ ਅੱਜ ਬਿਲਕੁਲ ਠੀਕ ਠਾਕ ਆ ਹੁਣ ਜਿਹੜੀ ਲੱਤ ਜਿੱਦਾਂ ਵੀ ਨਾਪ ਜਿਹੜਾ ਇੱਥੇ ਦੇ ਕੇ ਆਏ ਹਾਂ ਡਾਕਟਰ ਨੇ ਉਹ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੀ ਲੱਤ ਲੱਗ ਜੂਗੀ ਉਹ ਥੋੜ੍ਹੀ ਜਿਹੀ ਐਕਸਰਸਾਈਜ਼ ਕਰਨੀ ਦੱਸੀ ਦੀ ਥੋੜ੍ਹੀ ਦਿਖਾਈ ਨਹੀਂ ਦਿੰਦਾ ਇੱਕ ਦਿਮਾਗੀ ਤੌਰ 'ਤੇ ਵੀ ਜਲਦੀ ਠੀਕ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਰੋਟੀ ਕਿੱਥੋਂ ਮਿਲਣੀ ਰੋਟੀ ਦੇ ਇਹੀ ਸੋਚਣਾ ਵੀ ਰੋਟੀ ਬੜਾ ਔਖਾ ਕਿਉਂਕਿ ਇੱਕੋ ਹੀ ਕਮਾਉਣੇ ਵਾਲਾ ਸੀਗਾ ਜਿਹੜਾ ਮੰਜੇ 'ਤੇ ਪੈ ਗਿਆ ਜਿਹੜਾ ਦਿਹਾੜੀ ਟੱਪਾ ਕਰਕੇ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਣਾ ਅਤੇ ਉਹ ਮੰਜੇ 'ਤੇ ਪੈ ਗਿਆ ਸੀਗਾ ਬਹੁਤ ਔਖਾ ਹੋ ਗਿਆ ਸੀਗਾ ਅੱਜ ਬਿਲਕੁਲ ਠੀਕ ਠਾਕ ਆ ਪੁੱਤ ਕੀ ਨਾਮ ਆ ਹਰਵਿੰਦਰ ਸਿੰਘ ਕਿੱਦਾਂ ਦਾ ਘਰ ਬਣ ਗਿਆ ਤੁਹਾਡਾ
ਕਿੰਨਾ ਸੋਹਣਾ ਬਣਿਆ ਜੀ ਸੋਹਣਾ ਬਣਿਆ ਕਿੰਨੀ ਚ ਪੜਦਾ ਮੇਰਾ ਪੁੱਤ 9ਵੀਂ ਚ 9ਵੀਂ ਚ ਪੜਦਾ ਛੋਟਾ ਭਰਾ ਕਿਦਾਂ ਕੀ ਨਾਮ ਪੁੱਤ ਰਮਿੰਦਰ ਘਰ ਕਿੰਨਾ ਸੋਹਣਾ ਬਣਿਆ ਪਾਪਾ ਨੂੰ ਦੇਖ ਕੇ ਅੱਜ ਕਿੰਨਾ ਖੁਸ਼ ਹੋਇਆ ਹੈ ਹਾਂਜੀ ਠੀਕ ਹੈ ਹੁਣ ਪਾਪਾ ਕੋਲ ਐ ਨਾ ਰਹਿਣਾ ਜੋ ਸੇਵਾ ਪਾਣੀ ਪਾਪਾ ਨੂੰ ਠੀਕ ਆ ਜੋ ਵੀ ਪਾਪਾ ਰੋਟੀ ਪਾਣੀ ਸਭ ਕੁਝ ਤੁਸੀਂ ਦੇਣਾ ਠੀਕ ਆ